ਸਪੈਸ਼ਲ ਆਪਰੇਸ਼ਨ ਜਵਾਨ ਜੋ ਕਿ ਤੁਹਾਡੇ ਸਾਹਮਣੇ ਨੇ, ਜੋ ਕਿ ਸਪੈਸ਼ਲ ਇਸ ਆਪਰੇਸ਼ਨ ਦੇ ਅਧਿਐਨ ਦੇ ਲਈ ਇਹਨਾਂ ਨੂੰ ਇੱਥੇ ਬਲਵੇੜਾ ਦੇ ਨਜ਼ਦੀਕ ਜਿਹੜਾ ਗੁਰਦੁਆਰਾ ਖਿਚੜੀ ਸਾਹਿਬ ਦੇ ਵਿੱਚ ਲਿਆਂਦਾ ਗਿਆ ਸੀ। ਇਹ ਜਵਾਨ ਦੇਖ ਰਹੇ ਹਾਂ ਵੀ ਆਧੁਨਿਕ ਜਿਹੜੇ ਹਥਿਆਰ ਨੇ ਉਹਨਾਂ ਦੇ ਨਾਲ ਲੈਸ ਨੇ, ਅਤੇ ਸਪੈਸ਼ਲ ਜਿਹੜੀਆਂ ਕਿੱਟਾਂ ਦੇ ਨਾਲ ਜਿਹੜੀਆਂ ਹੈਗੀਆਂ ਨੇ, ਸਪੈਸ਼ਲ ਜਿਹੜੀਆਂ ਗਾਗਲਸ ਉਹ ਵੀ ਉਹਨਾਂ ਨੇ ਲਾਈਆਂ ਹੋਈਆਂ ਨੇ, ਅਤੇ ਸਪੈਸ਼ਲ ਟ੍ਰੇਨਿੰਗ ਇਹਨਾਂ ਦੀ ਦੱਸੀ ਜਾਂਦੀ ਵੀ ਖਾਸ ਜਿਹੜਾ ਇਹਨਾਂ ਨੂੰ ਇਸ ਅਭਿਆਨ ਦੇ ਲਈ ਵਰਤੇ ਜਾ ਰਿਹਾ। ਉਹਨਾਂ ਦੇ ਜਿਹੜੇ ਮੇਨ ਕਮਾਂਡਰ ਨੇ ਉਹ ਵੀ ਚੰਡੀਗੜ੍ਹ ਤੋਂ, ਜਿਹੜੇ ਮੇਨ ਮੁੱਖ ਅਧਿਕਾਰੀ ਨੇ ਉਹ ਵੀ ਆਏ ਹੋਏ ਨੇ ਇਸ ਟਾਈਮ ਰੋਡ ਦੇ ਉੱਪਰ। ਜਿਹੜੇ ਸਾਰੇ ਕਮਾਂਡੋ ਸਾਡੇ ਸਾਹਮਣੇ ਨੇ, ਦੇਖੋ ਵੀ ਜਿਹਨਾਂ ਵੱਲੋਂ ਇਹ ਆਪਰੇਸ਼ਨ ਜਿਹੜਾ ਹੈਗਾ ਉਹ ਚਲਾਇਆ ਗਿਆ। ਵੱਖਰੀ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਹੈ ਸਪੈਸ਼ਲ ਇਹਨਾਂ ਨੂੰ ਦਿੱਤੀ ਜਾਂਦੀ ਹੈ। ਵੱਖਰੇ ਵੱਖਰੇ ਜਿਹੜੇ ਆਧੁਨਿਕ ਹਥਿਆਰ ਅਤੇ ਲੋਕੇਸ਼ਨਾਂ ਦੇ ਨਾਲ ਨਾਲ ਹੋਰ ਵੀ ਉਪਕਰਨ ਇਹਨਾਂ ਦੇ ਕੋਲ ਮਜ਼ਦੂਰ ਜਿਹੜੇ ਨੇ ਉਹ ਮੌਜੂਦ ਹੁੰਦੇ ਨੇ, ਜਿਨ੍ਹਾਂ ਦੇ ਨਾਲ ਇਹਨਾਂ ਨੇ ਆਪਣੀ ਤਿੱਖੀ ਨਜ਼ਰ ਦੇ ਨਾਲ ਪਲ ਪਲ ਦੇ ਨਾਲ ਜਿਹੜੀ ਆਪਣੀ ਘੇਰਾਬੰਦੀ, ਆਪਣਾ ਜਿਹੜਾ ਜਿਹੜਾ ਰਿੰਗ ਇਹਨਾਂ ਨੇ ਬਣਾਉਣਾ ਹੁੰਦਾ ਫੜਨ ਲਈ ਅਪਰਾਧੀਆਂ ਨੂੰ, ਤਾਂ ਉਸ ਰਿੰਗ ਦੇ ਮੁਤਾਬਕ ਹੀ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਕਵਰ ਕਰਦੇ ਨੇ ਇਸ ਟਾਈਮ। ਜਿਹੜਾ ਹੈਗਾ ਸਾਰੇ ਜਿੰਨੇ ਵੀ ਕਮਾਂਡੋ ਸਪੈਸ਼ਲ ਫੋਰਸਿਸ ਆਈਆਂ ਨੇ ਉਹ ਸਾਹਮਣੇ ਸਾਡੇ ਖੜ੍ਹੇ ਹੋਏ ਨੇ। ਸਾਰਾ ਜਿਹੜਾ ਮੀਡੀਆ ਇਸ ਚੀਜ਼ ਨੂੰ ਕਵਰੇਜ ਕਰ ਰਿਹਾ, ਅਤੇ ਵੱਖ ਵੱਖ ਮੀਡੀਆ ਆਪਣੇ ਆਪਣੇ ਚੈਨਲਾਂ ਦੁਆਰਾ ਇਹਨਾਂ ਕਮਾਂਡੋਸ ਨੂੰ ਜਿਹੜਾ ਹੈਗਾ ਉਹ ਦਿਖਾਉਂਦੇ ਰਹੇ। ਉਹਨਾਂ ਦੇ ਨਾਲ ਉਹਨਾਂ ਦੇ ਮੇਨ ਅਧਿਕਾਰੀ ਜਿਹੜੇ ਅਫਸਰ ਨੇ ਲੈਸ ਨੇ, ਨਾਲ ਉਹਨਾਂ ਦੇ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਟੁਡੇ ਤੋਂ। ਜਦੋਂ ਅਲਟੀਮੇਟਲੀ ਬਹੁਤ ਜ਼ਿਆਦਾ ਸਿਰ ਦੇ ਉੱਤੇ ਚੜ੍ਹ ਕੇ ਅਤੇ ਅੰਦਰੋਂ ਚਿੱਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ੁਰੂ ਹੋ ਗਈਆਂ ਅਤੇ ਫਾਇਰ ਹੋ ਗਏ, ਸਾਨੂੰ ਲੱਗਿਆ ਕਿਤੇ ਅੰਦਰ ਕੋਈ ਹੋਸਟੇਜ ਫੜਿਆ ਹੋਇਆ ਅਤੇ ਜਿਹਦੀ ਉਹਨੂੰ ਗੋਲੀ ਮਾਰਤੀ। ਸਾਰੀ ਫੋਰਸ ਨੇ ਅੰਦਰ ਰਸ਼ ਕੀਤਾ, ਰਸ਼ ਕਰਨ ਤੋਂ ਬਾਅਦ ਉਹਦੇ 'ਚ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੂੰ ਫੜ ਲਿਆ ਸਾਰਾ, ਤੁਸੀਂ ਦੇਖਿਆ ਇਹਨਾਂ ਕੋਲ ਉਹਦੇ 'ਚ ਕੁਛ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜਿਹੜੀਆਂ ਕਿ ਉਹ ਅਸੀਂ ਮੈਡੀਕਲ ਚੱਲ ਰਿਹਾ ਉਹਨਾਂ ਨੂੰ ਅਸੀਂ ਉਹ ਲੈ ਕੇ ਜਾ ਰਹੇ, ਪਰ ਫਾਇਰ ਆਰਮ ਦੇ ਮੁਲਾਜ਼ਮਾਂ ਦੇ ਨਹੀਂ ਲੱਗਿਆ। ਪਰ ਸਾਨੂੰ ਚੱਲੇ ਵੇ ਕਾਰਟਰੇਜ, ਇਹਦੇ ਵਿੱਚ ਕੁਛ ਚੱਲੇ ਵੇ ਹੈਗੇ ਆ ਅਤੇ ਕੁਛ ਦੂਜੇ ਕਾਰਟਰੇਜ ਆ, ਉਹ ਵੈਪਨ ਸਾਨੂੰ ਮਿਲੇ ਆ, ਬਾਕੀ ਅਸੀਂ ਨਾਲ ਦੇ ਖੇਤਾਂ ਦੀ ਸਰਚ ਕਰਾ ਰਹੇ। ਮੁਲਾਜ਼ਮ ਦੱਸਦੇ ਗਿਣਤੀ ਸਰ ਕੀ ਹਦਾਇਤਾਂ ਆਈਆਂ ਨੇ ਉੱਪਰੋਂ ਡੀਜੀਪੀ ਪੰਜਾਬ ਵੱਲੋਂ, ਕੀ ਹਦਾਇਤਾਂ ਆਈਆਂ ਨੇ ਹੋਰ ਜੀ? ਡੀ ਸਾਹਿਬ ਨੇ ਸੀਗਾ ਕਿ ਵੀ ਇਹਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇ, ਇਹਨਾਂ ਨੂੰ ਪ੍ਰਸਿਓਰ ਕੀਤਾ ਜਾਵੇ ਕਿ ਬਾਹਰ ਕੱਢੋ, ਅਸੀਂ ਸਰੈਂਡਰ ਕਰਾਇਆ ਜਾਵੇ। ਅਸੀਂ ਇਹਨੂੰ ਪ੍ਰਸਿਓਰ ਕਰਨ ਦੀ ਬੜੀ ਕੋਸ਼ਿਸ਼ ਕੀਤੀ ਸਰ, ਇਹ ਜਗ੍ਹਾ ਦਾ ਹੁਣ ਅਸੀਂ ਇਹਨੂੰ ਇਹ ਵੀ ਕਿਹਾ ਕਿ ਵੀ ਅੱਜ ਇਹ ਗੁਰੂ ਘਰ ਹੈ, ਗੁਰੂ ਘਰ ਦੇ ਵਿੱਚ ਤੁਸੀਂ ਗਾਲਾਂ ਕੱਢਦੇ ਚੰਗੇ ਲੱਗਦੇ, ਜਗ੍ਹਾ ਜੋ ਸਾਨੂੰ ਪਤਾ ਲੱਗਿਆ ਹਾਲੇ ਰਿਕਾਰਡ 'ਤੇ ਚੈੱਕ ਕਰਨਾ ਹੈਗਾ, ਇਹ ਜਗ੍ਹਾ ਸੀਗਾ ਕਿ ਵੀ ਅਸੀਂ ਕਰਫਿਊ ਜਿਹੜਾ ਇਸ ਤਰ੍ਹਾਂ ਲਾਗੂ ਕਰਨਾ ਚਾਹੁੰਦੇ ਸੀ ਕਿ ਵੀ ਕਿਸੇ ਧੱਕਾ ਨਾ ਹੋਵੇ, ਕਿਸੇ ਨੂੰ ਉਮੀਦ ਨਹੀਂ ਸੀ ਸਾਡੇ ਕੇ ਆਕੇ ਡਾਊਨਲੋਡ ਹੋ ਰਹੇ ਨੇ। ਨਾਮ ਤੁਹਾਨੂੰ ਦੱਸ ਦਿੰਦੇ, ਸਾਰਿਆਂ ਦੀ ਡਿਟੇਲ ਦੱਸ ਦਿੰਦੇ, 9 ਆਦਮੀ ਹੈ ਅਸਲ ਦੇ ਵਿੱਚ। ਦੇਖੋ ਜਿਵੇਂ ਸਾਰੇ ਅਫਸਰ ਇੱਥੇ ਪਹੁੰਚੇ ਆ ਸਵੇਰੇ, ਸਬਜ਼ੀ ਮੰਡੀ ਸਾਡਾ ਮੇਨ ਮਕਸਦ ਸੋਸ਼ਲ ਡਿਸਟੈਂਸਿੰਗ ਹੁੰਦਾ ਉਹਨੂੰ ਲਾਗੂ ਕਰਾਉਣ ਲਈ, ਜਿਹੜੇ ਗਿਣਤੀ ਦੇ ਬੰਦੇ ਅੰਦਰ ਜਾਣ ਅਤੇ ਗਿਣਤੀ ਦੇ ਬੰਦੇ ਬਾਹਰ ਆਉਣ, ਉਹ ਸੋਸ਼ਲ ਡਿਸਟੈਂਸਿੰਗ ਨੂੰ ਕਰਾਉਂਦੇ ਕਰਾਉਂਦੇ ਇਹਨਾਂ ਨੇ ਉੱਥੋਂ ਕਰ ਲਿਆ ਵੱਢ ਕੇ, ਉਸ ਤੋਂ ਬਾਅਦ ਵਾਪਸ ਆਏ ਇੱਥੇ ਆ ਕੇ, ਤੁਸੀਂ ਦੇਖ ਲਿਆ ਇਹਨਾਂ ਨੇ ਜੋ। ਇਹ ਸਾਰਾ ਆਪਰੇਸ਼ਨ ਸਰ ਕਿੰਨੀ ਦੇਰ ਤੱਕ ਚੱਲਿਆ? ਤੁਸੀਂ ਦੇਖ ਲਓ ਹਜੇ ਤੱਕ ਵੀ ਚੱਲਦੇ ਆ, ਵੈਪਨ ਤਾਂ ਹੁਣ 1 ਵਜੇ ਤੱਕ ਵੀ ਹਜੇ ਸਰਚ ਹਜੇ ਵੀ ਚੱਲ ਰਹੀ ਹੈ। ਗੋਲੀਆਂ ਕਾਰੀਆਂ ਵੀ ਰੱਖੀਆਂ ਵੀ ਆ ਜੀ ਇਹਨਾਂ ਨੇ, ਅੰਦਰ ਗੋਲੀਆਂ ਵੀ, ਇੱਕ ਜਾਨਰ ਵੀ ਇਹਨਾਂ ਕੋਲ, ਗੋਲੀ ਪੈਰ 'ਚ ਲੱਗੀ ਹੈ ਜੀ। ਸਰ ਕੋਈ ਜਦੋਂ ਤੁਹਾਡੀ ਇਹ ਕਨਵਰਸੇਸ਼ਨ ਚੱਲ ਰਹੀ ਸੀ, ਨੈਗੋਸ਼ੀਏਸ਼ਨ ਚੱਲ ਰਹੀ ਸੀ, ਨਿਹੰਗਾਂ ਦੀਆਂ ਜਥੇਬੰਦੀਆਂ ਇਹਨਾਂ ਦੀ ਆਲੋਚਨਾ ਕਰ ਰਹੇ ਆ, SGPC ਨੇ ਵੀ ਇਹਨਾਂ ਦੀ ਨਿੰਦਿਆ ਕੀਤੀ ਹੈ, ਕੋਈ ਇਸ ਤਰ੍ਹਾਂ ਦੀ ਜਥੇਬੰਦੀ ਸੀ ਜਿਹੜੀ ਜਿਹਨੇ ਤੁਹਾਡੇ ਨਾਲ ਨਹੀਂ ਸਾਡੇ ਲੈਵਲ ਤੇ ਸੰਪਰਕ ਕੀਤਾ ਹੋਵੇ ਨੈਗੋਸ਼ੀਏਸ਼ਨ? ਪਿੰਡ ਵਾਲੇ ਵੀ ਤੁਸੀਂ ਗੱਲ ਕਰਕੇ ਵੇਖੋ, ਪਿੰਡ ਵਾਲੇ ਕੋਈ ਬੰਦਾ ਹੱਥ ਤੱਕ ਨਹੀਂ ਆਇਆ। ਹਾਂ, ਪਿੰਡ ਵਾਲੇ ਇਹਨੂੰ ਕਹਿੰਦੇ ਪਸੰਦ ਨਹੀਂ ਕਰਦੇ, ਕੋਈ ਬੰਦਾ ਨਹੀਂ ਆਇਆ। ਸਾਰਾ ਇਲਾਕਾ ਖਲਾਫ ਹੈ, ਪਾਪੀ ਪਲਾਟਸ ਵੀ ਲਾ ਰੱਖੇ ਆ ਉੱਥੇ। ਸਰ ਕੋਈ ਲੇਡੀਜ਼ ਵੀ ਗ੍ਰਿਫਤਾਰ ਹੋਈ? ਸਰ ਪੋਪੀ ਪਲਾਟ ਕਿੰਨੇ ਕੁ ਏਰੀਆ 'ਚ ਲੱਗਿਆ ਹੋਇਆ ਜੀ? ਨਹੀਂ, ਪਿੱਛੇ ਪਿੱਛੇ ਬੀਜੇ ਹੋਏ ਆ, ਜਿਹੜੇ ਹੁਣ ਏਰੀਆ ਤੋਂ ਉਹਦਾ ਐਗਜੈਕਟ ਮਿਲਿਆ ਨਹੀਂ, ਪਰ ਪਿੱਛੇ ਬੀਜੇ ਹੋਏ ਆ। ਉਹਨੂੰ ਕਹਿ ਦਿਓ ਵੀ ਇੱਕ ਦਹਿਸ਼ਤ ਬਣਾ ਰੱਖੀ ਸੀ ਇਲਾਕੇ 'ਚ, ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਸੀ। ਸਾਰਾ ਇਲੀਗਲੀ ਕਾਰਵਾਈ ਚੱਲਦੇ ਸੀਗੇ।